ਦੋਸਤੋ, ਜੇਕਰ ਤੁਹਾਨੂੰ ਮਨੁੱਖੀ ਚਮੜੀ ਨੂੰ ਕੱਟ ਕੇ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਪ੍ਰਯੋਗ ਕਰਨ ਲਈ ਕਿਹਾ ਜਾਵੇ ਤਾਂ ਤੁਹਾਨੂੰ ਸੁਣਨ ਵਿੱਚ ਹੀ ਕਿਹੋ ਜਿਹਾ ਲੱਗੇਗਾ। ਜੀ ਹਾਂ, ਤੁਸੀਂ ਬਿਲਕੁਲ ਠੀਕ ਸੋਚ ਰਹੇ ਹੋ ਕਿ ਇਹ ਗੱਲ ਸੁਣਨ ਵਿੱਚ ਹੀ ਕਾਫੀ ਅਜੀਬ ਲੱਗ ਰਹੀ ਹੈ, ਪਰ ਇਹ ਕੋਈ ਕਹਾਣੀ ਨਹੀਂ, ਬਿਲਕੁਲ ਹਕੀਕਤ ਹੈ। ਦੱਸ ਦਈਏ ਕਿ ਪੋਲੈਂਡ 'ਚ ਪ੍ਰਾਚੀਨ ਵਸਤੂਆਂ ਦਾ ਇੱਕ ਬਾਜ਼ਾਰ ਸਥਿਤ ਹੈ ਜਿੱਥੇ ਇਨਸਾਨੀ ਜਿਸਮ ਨਾਲ ਬਣਾਈਆਂ ਗਈਆਂ ਵਸਤੂਆਂ ਤੇ ਸਮਾਨ ਬਾਰੇ ਸੁਣ ਕੇ ਹੀ ਹਰ ਇੱਕ ਸ਼ਖਸ ਹੈਰਾਨ ਹੋ ਜਾਂਦਾ ਹੈ। ਇਸ ਗੱਲ ਨੂੰ ਯਕੀਨਨ ਹੀ ਬੇਰਹਿਮੀ ਦੀ ਹੱਦ ਹੀ ਕਿਹਾ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹਿਟਲਰ ਵੱਲੋਂ ਬੰਦੀਆਂ ਲਈ ਜੋ ਕੈਂਪ ਬਣਵਾਇਆ ਗਿਆ ਸੀ ਤਾਂ ਉਸ ਕੈਂਪ ਵਿੱਚ ਬੰਦੀਆਂ ਦੀ ਹੱਤਿਆ ਜਾਂ ਫਿਰ ਮੌਤ ਤੋਂ ਬਾਅਦ ਉਹਨਾਂ ਦੀ ਖੱਲ ਉਧੇੜ ਕੇ ਫੋਟੋ ਰੱਖਣ ਲਈ ਐਲਬਮ ਅਤੇ ਹੋਰ ਸਮਾਨ ਬਣਾਇਆ ਗਿਆ ਸੀ। ਹੈਰਾਨੀਯੋਗ ਗੱਲ ਇੱਥੇ ਇਹ ਰਹੀ ਕਿ ਇਸ ਘਟਨਾ ਦਾ ਖੁਲਾਸਾ ਕਿਵੇਂ ਅਤੇ ਕਦੋਂ ਹੋਇਆ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਖੱਲ ਤੋਂ ਬਣਾਈਆਂ ਗਈਆਂ ਵਸਤੂਆਂ 'ਚੋਂ ਬਦਬੂ ਮਾਰਨ ਲੱਗੀ। ਫਿਲਹਾਲ ਇਸ ਐਲਬਮ ਨੂੰ ਆਸਟਿਵਿਜ ਮੈਮੋਰੀਅਮ ਮਿਊਜ਼ੀਅਮ 'ਚ ਰੱਖਿਆ ਗਿਆ ਹੈ। ਇਸ ਉਪਰੰਤ ਮਿਊਜ਼ੀਅਮ ਮੈਨੇਜਮੈਂਟ ਦਾ ਮੰਨਣਾ ਹੈ ਕਿ ਐਲਬਮ ਦਾ ਕਵਰ ਜਰਮਨੀ ਦੇ ਬੁਖਨਵੈਲਡ ਕੰਸਟ੍ਰੇਟੇਸ਼ਨ ਕੈਂਪ ਵੱਲੋਂ ਬਾਜ਼ਾਰ ਵਿੱਚ ਲਿਆਂਦਾ ਗਿਆ ਸੀ। ਦੱਸ ਦਈਏ ਕਿ ਇਹ ਹਿਟਲਰ ਦਾ ਪਹਿਲਾ ਕੈਂਪ ਹੋਣ ਕਰਕੇ ਕਰੀਬ 8 ਸਾਲ ਤੱਕ ਚੱਲਿਆ ਸੀ ਅਤੇ ਇਸ ਕੈਂਪ ਵਿੱਚ ਤਕਰੀਬਨ 2,50,000 ਔਰਤਾਂ, ਪੁਰਸ਼ ਅਤੇ ਬੱਚਿਆਂ ਨੂੰ ਰੱਖਿਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਇਸ ਕੈਂਪ ਦੀ ਸਥਾਪਨਾ ਸਾਲ 1937 ਵਿੱਚ ਕੀਤੀ ਗਈ ਸੀ ਅਤੇ ਕੈਂਪ ਵਿੱਚ ਮਰਨ ਵਾਲਿਆਂ ਦੀ ਲਗਭਗ ਸੰਖਿਆ 55,000 ਦੇ ਕਰੀਬ ਸੀ, ਜਿਨ੍ਹਾਂ ਦੀ ਖੱਲ ਤੋਂ ਕਿਤਾਬਾਂ ਦੇ ਕਵਰ, ਟੇਬਲ ਕਵਰ ਅਤੇ ਹੋਰ ਸਮਾਨ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੋ ਐਲਬਮ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ ਉਸ ਵਿੱਚ ਤਕਰੀਬਨ 100 ਪੁਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਇਸ ਉਪਰੰਤ ਮਿਊਜ਼ੀਅਮ ਮੈਨੇਜਮੈਂਟ ਦਾ ਕਹਿਣਾ ਹੈ ਕਿ ਇਹ ਐਲਬਮ ਬੈਵੇਰੀਅਨ ਫੈਮਿਲੀ ਦਾ ਸੀ